ਇਹਦੀ ਮਾਂ ਨੇ ਦੱਸਿਆ ਨਹੀਂ ਮੈਂ ਬੈਠੇ ਕਾਚੂ ਸੀ ਇਹਦੇ ਕੋਲੇ ਕਾਚੂ ਨਾ ਬਾਜ਼ਾਰ ਦੇ ਵਿੱਚ ਤਿੰਨ ਚਾਰ ਕਾਚੂ ਮਾਰੇ ਨੇ ਜਦ ਮੈਂ ਤੀਨ ਪਹਿਲਾ ਘੇਰਾ ਪਾਇਆ ਸੀ ਮੈਂ ਠਾਣੇ ਰਫਟ ਵੀ ਦਿੱਤੀ ਸੀ ਇਹ ਘੇਰਾ ਪਾਉਂਦੇ ਨੇ ਇਹ ਮੇਰੀ ਧੀ ਦਾ ਤਾਦੀ ਮਹਿੰਦੀ ਨਹੀਂ ਰੱਤੀ ਬਾਦ ਧੀ ਦਾ ਮੇਰੀ ਧੀ ਦਾ ਨਹੀਂ ਤਾਦੀ ਮਹਿੰਦੀ ਲੱਗੀ ਨਵਯਾਮਤਾ ਦੀ ਢਿੱਡ ਦੇ ਵਿੱਚ ਕਿਰਚ ਮਾਰ ਕੇ ਉਸ ਦਾ ਕਤਲ ਕਰਕੇ ਨੌਜਵਾਨ ਨੇ ਖੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਦੱਸਦੇ ਕਿ ਖੁਦ ਵੀ ਕੀਤੀ ਗਈ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੇ ਵਿੱਚ ਆਪ ਤਾਂ ਉਹ ਬਚ ਗਿਆ ਪਰ ਜਿਸ ਨਵਯਾਵਤਾ ਦੇ ਢਿੱਡ ਦੇ ਵਿੱਚ ਨੌਜਵਾਨ ਦੇ ਵੱਲੋਂ ਕਿਰਚ ਮਾਰੀ ਗਈ ਸੀ ਉਸ ਦੀ ਮੌਤ ਹੋ ਚੁੱਕੀ ਹੈ। ਇਤਿਹਾਸਿਕ ਨਗਰੀ ਤਲਵੰਡੀ ਸਾਬੋ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਨੌਜਵਾਨ ਨੇ ਨਵਯਾਵਤਾ ਕੁੜੀ ਦਾ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੇ ਖੁਦ ਨੂੰ ਵੀ ਕਿਰਚ ਮਾਰ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਮੁੰਡੇ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਤੋਂ ਗੰਭੀਰ ਜ਼ਖਮੀ ਹੋਣ ਕਰਕੇ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪਰ ਉਸਦੀ ਜਾਨ ਬਚ ਚੁੱਕੀ ਹੈ। ਤਲਵੰਡੀ ਸਾਬੋ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਪਰ ਇਸ ਮੌਕੇ 'ਤੇ ਮੌਜੂਦ ਉਸ ਨਵਯਾਵਤਾ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮੈਂ ਮੇਰੀ ਧੀ ਆਈ ਸੀ ਬਾਜ਼ਾਰ 'ਚ ਵਿਆਹ ਕੀਤਾ ਸੀ ਉਹਦਾ ਐਤਵਾਰ ਦੇ ਨਾਮ ਦੱਸੀ ਫਿਰ ਕਈ ਸਮਾਨ ਦਵਾ ਲੈਣਾ ਗਾ ਮੈਂ ਸਮਾਨ ਦਵਾਉਣ ਆਈ ਸੀਗੀ ਧੀ ਨੂੰ ਅਤੇ ਕਹਿੰਦੀ ਮੰਮੀ ਮੇਰੇ ਸਮਾਨ ਦਵਾ ਲਿਆ ਪਰਸ ਇਹਨੂੰ ਲੈ ਜਾਣਗੇ ਮੈਂ ਚੱਲ ਚੰਗਾ ਇਹ ਜਿਹੜਾ ਚਾਨੀ ਸਿੰਘ ਆ ਇਹਨੇ ਪਹਿਲਾਂ ਜਦੋਂ ਮੈਂ ਧੀ ਨੂੰ ਪਹਿਲਾਂ ਘੇਰਾ ਪਾਇਆ ਸੀ ਮੈਂ ਠਾਣੇ ਰਫਟ ਵੀ ਦਿੱਤੀ ਸੀ ਵੀ ਇਹ ਘੇਰਾ ਪਾਉਂਦੇ ਨੇ ਇਹ ਠਾਣੇ ਰਫਟ ਮੈਂ ਦਿੱਤੀ ਸੀਗੀ ਇਹਨਾਂ 'ਤੇ ਇਹਨਾਂ ਦੀ ਮਾਂ ਦਾ ਸਾਰਿਆਂ ਦਾ ਹੱਥ ਵਿੱਚ ਸੀ ਨਾਨੇ ਮਾਮਿਆਂ ਦਾ ਇਹਦੀਆਂ ਦਾ ਭੈਣਾਂ ਦਾ ਸਾਰੇ ਹੱਥ ਵਿੱਚ ਮੈਂ ਧੱਕੇ ਨਾਲ ਮੈਂ ਵਿਆਹ ਹੋਰ ਕੀਤਾ ਮੇਰੀ ਕੁੜੀ ਕਹਿੰਦੀ ਮੈਂ ਜੋ ਮੈਂ ਡਰਦੀ ਨੇ ਕਰਿਆ ਠੀਕ ਹੈ ਨਾ ਇਹਨਾਂ ਨੇ ਕੀ ਕਰ ਜੋ ਮੈਂ ਬਾਜ਼ਾਰ 'ਚ ਆਈ ਸਮਾਨ ਲੈਣਾ ਇਹਨੇ ਕਰਿਆ ਪਾਉਣ ਕਹਿੰਦਾ ਤੁਸੀਂ ਕਿੱਥੇ ਹੋ ਕਹਿੰਦਾ ਬਲਾਓ ਚਲ ਸਾਡੇ ਨਹੀਂ ਮਨ 'ਚ ਕੋਈ ਬੇਈਮਾਨੀ ਅਸੀਂ ਕਿ ਬਾਈ ਅੱਜ ਤਾਂ ਸਾਡੇ ਤੇਰਾ ਕੀ ਮਤਲਬ ਸਾਡੇ ਫੋਨ 'ਤੇ ਫੋਨ ਕਰਨ ਦਾ ਕਹਿੰਦਾ ਮੈਂ ਤਾਂ ਬਈ ਉਹੀ ਕਰਤਾ ਫੋਨ 'ਤੇ ਕਿੱਥੇ ਅਸੀਂ ਸੱਚੀ ਗੱਲ ਦੱਸਦੇ ਬਾਜ਼ਾਰ 'ਚ ਵੀ ਜਿੱਪ ਲਵਾਉਣ ਆਏ ਹਾਂ ਅਸੀਂ ਠੀਕ ਹੈ ਨਾ ਜਿੱਪ ਲਵਾਉਣ ਆਇਆ ਸੀ ਇਹ ਕਹਿੰਦੇ ਮੰਮੀ ਚੱਲ ਮੈਨੂੰ ਪਾਰਕ 'ਚ ਉਹ ਬਣਾ ਲਿਆ ਕਹਿੰਦੇ ਮੈਂ ਫੋਟਾ ਪੀੜੋ ਬੂੜੋ ਪਾਰਕ 'ਚ ਵਾਗ ਗਏ ਉੱਥੇ ਬੈਠੇ ਕਾਚੂ ਸੀ ਇਹਦੇ ਕੋਲੇ ਕਾਚੂ ਨਾ ਬਾਜ਼ਾਰ ਦੇ ਵਿੱਚ ਤਿੰਨ ਚਾਰ ਕਾਚੂ ਮਾਰੇ ਨੇ ਮੇਰੀ ਧੀ ਦੇ ਆਹ ਗੱਲ ਹੋਈ ਆ ਫਿਰ ਕਹਿੰਦਾ ਮੈਂ ਵੀ ਬਰਾਬਰ ਵਰ ਕਹਿੰਦਾ ਤੂੰ ਵਿਆਹ ਕਿਉਂ ਕਰਿਆ ਇਹਦਾ ਹਾਏ ਉਹ ਕਹਿੰਦੀ ਬਾਈ ਮੈਂ ਆਪਦੇ ਘਰ ਬਾਹਰ ਦੀਆਂ ਕਹਿੰਦੀ ਮੇਰੇ ਕੋਲ ਕੋਈ ਗੱਲ ਸੀ ਕਹਿੰਦੀ ਤੇਰੇ ਨਾਲ ਤੂੰ ਘੇਰਾ ਪਾਇਆ ਕਹਿੰਦੀ ਮੈਨੂੰ ਕਾਹਦੇ ਵਾਸਤੇ ਪਾ ਕਹਿੰਦਾ ਮੈਂ ਤਾਂ ਜਦੋਂ ਦੀ ਤੁਰ ਦੁਕਾਨ ਤੇ ਲੱਗੀ ਸੀ ਮੈਂ ਉਦੋਂ ਦੀ ਤੇਰੇ ਤੇ ਅੱਖ ਟਕਾ ਰੱਖੀ ਸੀ ਇਹਨਾਂ ਨੇ ਧੱਕੇ ਨਾਲ ਹੀ ਮੇਰੀ ਧੀ ਨੂੰ ਲੈ ਵੀ ਗਏ ਸੀ ਆਪਦੇ ਪਿੰਡ ਤੇ ਆਪਦੀ ਮਾਂ ਕੋਲੇ ਚੋਰੀ ਕਰਾਤ ਵੀ ਰੱਖੀ ਮੈਂ ਰੋਂਦੀ ਬਿਲਕਦੀ ਰਹੀ ਹੈਗੀ ਇਹਦੀ ਮਾਂ ਨੇ ਦੱਸਿਆ ਨਹੀਂ ਮੈਨੂੰ ਤੁਹਾਡੀ ਕੁੜੀ ਦਾ ਨਾਂ ਕੀ ਮਨਪ੍ਰੀਤ ਕੌਰ ਜੀ ਤੇ ਹੁਣ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਉਹਦੇ ਵਿੱਚ ਜਿੰਨੇ ਵੀ ਸਜ਼ਾ ਨੇ ਸਜ਼ਾ ਹੋਣੀ ਚਾਹੀਦੀ ਸਾਰੇ ਪਰਿਵਾਰ ਨੂੰ ਮੇਰੀ ਧੀ ਦਾ ਤਾਦੀ ਮਹਿੰਦੀ ਨਹੀਂ ਰੱਖਤੀ ਮੈਂ ਧੀ ਦਾ ਮੇਰੀ ਧੀ ਦਾ ਨਹੀਂ ਤਾਦੀ ਮਹਿੰਦੀ ਲੱਤੀ ਇਹ ਰੋਂਦੀ ਕੁਰਲਾਉਂਦੀ ਮਾਂ ਦੇ ਵੱਲੋਂ ਆਪਣੀ ਧੀ ਦਾ ਦਰਦ ਸਹਾਰਿਆ ਨਹੀਂ ਜਾ ਰਿਹਾ ਉਹ ਧੀ ਜਿਸ ਦਾ ਚਾਵਾਂ ਦੇ ਨਾਲ ਵਿਆਹ ਕੀਤਾ ਗਿਆ ਸੀ ਉਹਦੇ ਹੱਥਾਂ ਦੀ ਹਲੇ ਮਹਿੰਦੀ ਵੀ ਨਹੀਂ ਲਈ ਸੀ ਕਿ ਉਸਦੀ ਜਾਨ ਲੈ ਲਏਗੀ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਉਸਦੀ ਧੀ ਨੂੰ ਕਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਚੱਲਦੇ ਉਸਨੇ ਬਹੁਤ ਹੀ ਜ਼ਿਆਦਾ ਰਿਸਕ ਲੈਂਦੇ ਹੋਏ ਉਸ ਕੁੜੀ ਦਾ ਵਿਆਹ ਕਿਤੇ ਹੋਰ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਇਸ ਮੁੰਡੇ ਦੇ ਵੱਲੋਂ ਇਸ ਕੁੜੀ ਨੂੰ ਅਜਿਹੀ ਦਰਦਨਾਕ ਮੌਤ ਦਿੱਤੀ ਗਈ ਜਿਸ ਦੇ ਬਾਰੇ ਕਿਸੇ ਨੇ ਕਦੇ ਸੋਚਿਆ ਨਹੀਂ ਸੀ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਯਕੀਨ ਕਰਦੇ ਹੋਏ ਉਸ ਮੁੰਡੇ ਨੂੰ ਸੱਚ ਦੱਸ ਦਿੱਤਾ ਕਿ ਅਸੀਂ ਬਾਜ਼ਾਰ ਦੇ ਵਿੱਚ ਕਿੱਥੇ ਹਾਂ ਜਿਸ ਤੋਂ ਬਾਅਦ ਪਹਿਲਾਂ ਤੋਂ ਘੜੀ ਹੋਈ ਸਾਜਿਸ਼ ਦੇ ਤਹਿਤ ਮੁੰਡਾ ਬਾਜ਼ਾਰ ਪਹੁੰਚਿਆ ਅਤੇ ਨਵਯਾਵਤਾ ਦੇ ਢਿੱਡ ਦੇ ਵਿੱਚ ਚਾਕੂ ਮਾਰ ਕੇ ਉਸਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਆਪਣੀ ਧੀ ਦੀ ਮੌਤ ਤੋਂ ਬਾਅਦ ਸਰੇ ਬਾਜ਼ਾਰ ਰੋਂਦੀ ਹੋਈ ਇਸ ਮਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਸਾਰੇ ਮਾਮਲੇ 'ਤੇ ਪੁਲਿਸ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਜਿੱਦਾਂ ਜੀ ਸਾਨੂੰ ਇੱਕ ਸਾਡੇ ਐਸ ਐਚ ਓ ਤਲਵੰਡੀ ਸਾਬੋ ਸਬ ਇੰਸਪੈਕਟਰ ਰਵਿੰਦਰ ਸਿੰਘ ਨੂੰ ਫੋਨ ਆਇਆ ਕਿ ਜਿਹੜਾ ਡਲ ਸਿੰਘ ਪਾਰਕ ਹੈ ਇਹਦੇ ਕੋਲ ਇੱਕ ਲੜਕਾ ਅਤੇ ਇੱਕ ਲੜਕੀ ਜਿਹੜੇ ਦੋ ਹੈਗੇ ਲੜਕੇ ਨੇ ਲੜਕੀ ਦਾ ਕਤਲ ਕਰ ਦਿੱਤਾ ਹੈ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਫਿਰ ਜਾ ਕੇ ਜੋ ਮੁੱਢਲੀ ਜਾਣਕਾਰੀ ਸਾਨੂੰ ਇਹ ਪਤਾ ਲੱਗਾ ਕਿ ਇੱਕ ਲੜਕੀ ਜਿਹੜੀ ਹੈਗੀ ਹੈ ਮਨਪ੍ਰੀਤ ਕੌਰ ਅਤੇ ਦੂਸਰਾ ਚਰਨਜੀਤ ਸਿੰਘ ਚਰਨੀ ਮੁੰਡਾ ਹੈ ਇਹ ਦੋਵੇਂ ਇੱਕ ਦੂਸਰੇ ਨੇ ਜਿਹੜੇ ਪਹਿਲਾਂ ਹੀ ਜਾਣਦੇ ਸੀ ਅਤੇ ਮੁੰਡੇ ਨੇ ਅੱਜ ਕੁੜੀ ਦਾ ਉਹਨੇ ਰੀਸੈਂਟਲੀ ਵਿਆਹ ਹੋਇਆ ਸੀ ਅਤੇ ਮੁੰਡੇ ਨੇ ਅੱਜ ਕੁੜੀ ਦਾ ਛੁਰਾ ਮਾਰ ਕੇ ਕਤਲ ਕਰਤਾ ਮੁੜ ਕੇ ਫਿਰ ਮੁੰਡੇ ਨੇ ਆਪਣੇ ਆਪ ਨੂੰ ਵੀ ਆਪਣੇ ਢਿੱਡ 'ਚ ਛੁਰਾ ਮਾਰਿਆ ਕੁੜੀ ਦਾ ਦੋਵਾਂ ਨੂੰ ਅਸੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਤੁਰੰਤ ਪਹੁੰਚਾਇਆ ਗਿਆ ਕੁੜੀ ਬਰੋਡ ਡੈਡ ਕਲੀਅਰ ਕਰ ਦਿੱਤੀ ਗਈ ਅਤੇ ਮੁੰਡੇ ਨੂੰ ਇਨੀਸ਼ੀਅਲ ਫਸਟ ਏਡ ਦੇਣ ਤੋਂ ਬਾਅਦ ਅੱਗੇ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸਰ ਮਾਮਲਾ ਕੀ ਸੀ ਕਿਉਂ ਇਹ ਮੁੱਢਲੀ ਪੁੱਛਗਿੱਛ ਤੋਂ ਤਾਂ ਇਹ ਪਤਾ ਲੱਗਿਆ ਜੀ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਸੀ ਅਤੇ ਵਿਆਹ ਨੂੰ ਲੈ ਕੇ ਕੁੜੀ ਦਾ ਹੁਣ ਰੀਸੈਂਟਲੀ ਵਿਆਹ ਹੋਇਆ ਅਤੇ ਮੁੰਡਾ ਚਾਹੁੰਦਾ ਸੀ ਕਿ ਉਹਦੇ ਨਾਲ ਹੋਵੇ
हूँ असं जी मुंडे जी लड़की जी मृतक हैगी माता का बयान लिख रहे हैं तो मुंडे के खिलाफ असी 300 का परचा आए दिन सरेआम दिन दिहाड़े भरे बाजार के अजिहे हादसे वापर जाते हैं जिन्हों सुनन तो बाद सोचण लई व्यक्ति मजबूर हो जाता है कि कानून अते प्रशासन आखिरकार कर की रहा है। दिन दिहाड़े एक कुड़ी नू जदों मौत दे घाट उतार दिता जाता है तो लोगों का यह सवाल पूछना भी वाजिब बनता है। दूजे पासे परिवारिक मैंबर समेत पूरे पिंड दे विच जदों यह गल पहुंची तो सारे पिंड दे होश उड़ गए अते रो रो के उन्हां दी मां दा परिवार दा बुरा हाल हो गया। पुलिस दे वल्लों मौके ते पहुँच के कोशिश की जाती है कि सारे मामले नूं देखा जाए पर आखिरकार कानून व्यवस्था इन्नी कमज़ोर क्यों नज़र आउंदी है अजिहे मुजरिमां दे सामने कि उह दिन दिहाड़े किसी नूं मारन तो भी संकोच नहीं करदे। अजिहियां घटनावां वधण तो बाद यह सवाल वाजिब बनता है कि लोगों के मन दे विच कानून अते पुलिस नूं लैके कोई डर क्यों नहीं रहा। चोरी करात भी रखी मैं रोंदी बिलकदी रही हैगी। मेरी धी आई सी बाजार च ब्याह कीता सी ओहदा एतवार दे नाम दसी फिर कहीं समान लैणा गा मैं समान दवाउण आई सीगी धी नूं ते कहिंदी मम्मी मैंने समान दवा लिया परस इहनूं लै जाण के मैं चल चंगा ते जिहड़ा चरनी सिंह आ इहने पहले फिर आ कहिंदा मैं भी बराबर वर कहिंदा आ तूं ब्याह क्यों करिया इहदा हाए ਉਹ ਕਹਿੰਦੀ ਬਾਈ ਮੈਂ ਆਪਦੇ ਘਰ ਬਾਹਰ ਦੀਆਂ ਕਹਿੰਦੀ ਮੇਰੇ ਕੋਲ ਕੋਈ ਗੱਲ ਸੀ ਕਹਿੰਦੀ ਤੇਰੇ ਨਾਲ ਤੂੰ ਘੇਰਾ ਪਾਇਆ ਕਹਿੰਦੀ ਮੈਨੂੰ ਕਾਹਦੇ ਵਾਸਤੇ ਪਾ ਕਹਿੰਦਾ ਮੈਂ ਤਾਂ ਜਦੋਂ ਦੀ ਤੁਰ ਦੁਕਾਨ ਤੇ ਲੱਗੀ ਸੀ ਮੈਂ ਉਦੋਂ ਦੀ ਤੇਰੇ 'ਤੇ ਅੱਖ ਟਕਾ ਰੱਖੀ ਸੀ ਇਹਨਾਂ ਨੇ ਧੱਕੇ ਨਾਲ ਹੀ ਮੇਰੀ ਧੀ ਨੂੰ ਲੈ ਵੀ ਗਏ ਸੀ ਆਪਦੇ ਪਿੰਡ ਇੱਥੇ ਆਪਦੀ ਮਾਂ ਕੋਲੇ ਚੋਰੀ ਕਰਾਤ ਵੀ ਰੱਖੀ ਮੈਂ ਰੋਂਦੀ ਬਿਲਕਦੀ ਰਹੀ ਹੈਗੀ ਫਿਰ ਆ ਕਹਿੰਦਾ ਮੈਂ ਵੀ ਬਰਾਬਰ ਵਰ ਕਹਿੰਦਾ ਤੂੰ ਵਿਆਹ ਕਿਉਂ ਕਰਿਆ ਇਹਦਾ ਹਾਏ ਉਹ ਕਹਿੰਦੀ ਬਾਈ ਮੈਂ ਆਪਦੇ ਘਰ ਬਾਹਰ ਦੀਆਂ ਕਹਿੰਦੀ ਮੇਰੇ ਕੋਲ ਕੋਈ ਗੱਲ ਸੀ ਕਹਿੰਦੀ ਤੇਰੇ ਨਾਲ ਤੂੰ ਘੇਰਾ ਪਾਇਆ ਕਹਿੰਦੀ ਮੈਨੂੰ ਕਾਹਦੇ ਵਾਸਤੇ ਪਾ ਕਹਿੰਦਾ ਮੈਂ ਤਾਂ ਜਦੋਂ ਦੀ ਤੁਰ ਦੁਕਾਨ ਤੇ ਲੱਗੀ ਸੀ ਮੈਂ ਉਦੋਂ ਦੀ ਤੇਰੇ 'ਤੇ ਅੱਖ ਟਕਾ ਰੱਖੀ ਸੀ ਇਹਨਾਂ ਨੇ ਧੱਕੇ ਨਾਲ ਹੀ ਮੇਰੀ ਧੀ ਨੂੰ ਲੈ ਵੀ ਗਏ ਸੀ ਆਪਦੇ ਪਿੰਡ ਇੱਥੇ ਆਪਦੀ ਮਾਂ ਕੋਲੇ ਚੋਰੀ ਕਰਾਤ ਵੀ ਰੱਖੀ ਮੈਂ ਰੋਂਦੀ ਬਿਲਕਦੀ ਰਹੀ ਹੈਗੀ ਫਿਰ ਆ ਕਹਿੰਦਾ ਮੈਂ ਵੀ ਬਰਾਬਰ ਵਰ ਕਹਿੰਦਾ ਤੂੰ ਵਿਆਹ ਕਿਉਂ ਕਰਿਆ ਇਹਦਾ ਹਾਏ ਉਹ ਕਹਿੰਦੀ ਬਾਈ ਮੈਂ ਆਪਦੇ ਘਰ ਬਾਹਰ ਦੀਆਂ ਕਹਿੰਦੀ ਮੇਰੇ ਕੋਲ ਕੋਈ ਗੱਲ ਸੀ ਕਹਿੰਦੀ ਤੇ देखना होगा कि सारे मामले दे विच उस नवव्याहुता नूं इंसाफ मिलदा या फिर नहीं अते इस रोंदी हुई मां नूं इस गल दे नाल संतुष्टि होवेगी या फिर नहीं कि उस व्यक्ति नूं जिसने इस दी धी नूं मौत दे घाट दिन दिहाड़े उतार दिता उसनूं सज़ा मिल चुकी है।